ਲਵ ਯੂ ਵਾਲਾ ਪਤੰਗ ਵੀ ਹੈਗਾ ਭਾਜੀ, 1 ਰੁਪਏ ਦੀ ਪਰੀ, 1 ਰੁਪਏ ਦੀ ਪਰੀ। ਹੋਰ ਭਾਜੀ ਹੁਣ ਉਹ ਗੱਟੂ ਵੀ ਪਏ ਕੋਕ ਬ੍ਰਾਂਡ ਦੇ, ਨਾਲੇ ਚਮਕਦਾ ਪਿਆ ਵਿੱਚ ਵਿੱਚ। ਹਾਂ, ਕੱਚ ਪੂਰਾ ਲੱਗਿਆ ਹੋਇਆ, ਡੋਰ ਬਹੁਤ ਵਧੀਆ ਹੈ, ਨਾਲੇ ਧਾਗੇ ਵਾਲੀ ਕੋਟਨ ਮਾਂਜਾ, ਨਾਲ 16 ਤਾਰ ਦੀ ਚ ਰੱਖੜੀ ਭਾਜੀ ਹੁਣ ਕੋਲ ਯਾਰ। ਓਹੋ, ਡਿਜ਼ਾਈਨ ਤਾਂ ਖਤਮ ਹੀ ਨਹੀਂ ਹੋਣਾ ਜੇ ਦਿਖਾਈ ਜਾਈਏ ਤਾਂ। ਹੁੰਦੇ ਨਾ ਹਨਾ, ਲੱਗਾ ਤੀਲਾ ਸੇਕਿਆ ਹੋਇਆ ਦਾ, ਤੀਲਾ ਸੇਕਿਆ ਹੋਇਆ। ਡਿਜ਼ਾਈਨ ਦੇਖੋ ਇਹਦਾ, ਪ੍ਰਾਈਸ ਭਾਜੀ ਅੱਜੀ ਹੁੰਦੀ। ਹਾਂ, ਚੱਕ ਸ਼ਿਵਲਿੰਗ ਬਣਿਆ ਹੋਇਆ, ਕਿੰਨਾ ਇਹਦਾ ਪੂਜਾ ਕਰ ਰਹੇ ਆ। ਆ ਦੇਖੋ ਪਾਕਿਸਤਾਨੀ ਗੁੱਡੀ, ਪਾਕਿਸਤਾਨੀ ਗੁੱਡੀ ਇਹ ਵੀ ਪਿੱਛੇ। ਉਹ ਚੱਕ ਦੇਖੋ, ਵੀਡੀਓ ਦੇਖ ਕੇ ਆਇਆ ਆਪਾਂ, 100 ਦੀਆਂ 5 ਦੇ ਦੇਣੀ ਉਹਨੂੰ। ਚੱਕੋ ਚੱਕੋ ਆਫਰ। ਆ ਦੇਖੋ ਫੈਂਸੀ ਦੁੱਕਲ ਭਾਜੀ, ਬਹੁਤ ਸੋਹਣੀ ਦੁੱਕਲ। ਦੁਕਾਨਦਾਰ ਨੂੰ ਰੇਟ ਅਲੱਗ ਮਿਲ ਜਾਣਗੇ ਭਾਜੀ, ਉਹਨਾਂ ਨੂੰ ਮੈਸੇਜ ਕਰ ਲਿਓ। ਉਸ ਤੋਂ ਬਾਅਦ ਆ ਗਿਆ ਸਟਾਰ, ਫੈਂਸੀ ਸਟਾਰ। ਹਾਂ, ਫੈਂਸੀ ਸਟਾਰ 500 ਦਾ ਪੀਸ ਵੇਚ ਰਹੇ ਲੋਕੀ। ਅੱਛਾ ਜੀ, ਕਿੰਨਾ ਆਪਣੇ ਕੋਲ ਕਿੰਨਾ ਪਿਆ? ਆਪਣੇ ਕੋਲ ਹੈ ਜੀ 100। ਹੈਲੋ ਗਾਇਸ, ਹੇਅਰ ਵੀ ਆਰ ਬੈਕ ਵਿਦ ਅਨਦਰ ਵੀਡੀਓ। ਅੱਜ ਜਿਹੜੀ ਵੀਡੀਓ ਤੁਸੀਂ ਇੰਨੀ ਦੇਰ ਤੋਂ ਡਿਮਾਂਡ ਕਰ ਰਹੇ ਸੀ, ਅੱਜ ਉਹੀ ਵੀਡੀਓ ਲੈ ਕੇ ਆਏ ਹਾਂ। ਲੁਧਿਆਣੇ ਦੀ ਸਭ ਤੋਂ ਸਸਤੀ ਅਤੇ ਸਭ ਤੋਂ ਵਧੀਆ ਅਤੇ ਸਭ ਤੋਂ ਵਧੀਆ ਡਿਜ਼ਾਈਨ ਵਾਲੀ ਦੁਕਾਨ 'ਤੇ ਅਸੀਂ ਆ ਗਏ ਹਾਂ। ਅਤੇ ਹੁਣ ਕੀ ਰੇਟ ਹੈਗਾ ਇਸ ਟਾਈਮ ਮਾਰਕੀਟ 'ਚ, ਜਾਂ ਆਪਾਂ ਕਿਹੜੀ ਜਗ੍ਹਾ 'ਤੇ ਹੈਗੇ ਹਾਂ? ਜਗ੍ਹਾ ਹੈਗੀ ਆ ਰੂਪਾ ਮਿਸਤਰੀ ਸਟਰੀਟ ਹੈਗੀ ਆ, ਗਲੀ ਵੱਜਦੀ ਆ ਇਹ। ਲੱਡੂ ਪਤੰਗਾਂ ਵਾਲਾ ਹੈਗਾ ਉਹ ਰਿਹਾ, ਜਿਹੜਾ ਮਸ਼ਹੂਰ ਲੱਡੂ ਪਤੰਗਾਂ ਵਾਲਾ, ਉਹ ਉੱਧਰ ਆ। ਉਸ ਤੋਂ ਬਾਅਦ ਸਾਹਮਣੇ ਹੀ ਆ ਵੀਰੇ ਹੁਣਾਂ ਦੀਆਂ ਦੋ ਦੁਕਾਨਾਂ ਨੇ, ਇੱਧਰਲੀ ਦੁਕਾਨ ਵੀ ਉਹਨਾਂ ਦੀ ਆ, ਇੱਧਰਲੀ ਦੁਕਾਨ ਵੀ ਇਹਨਾਂ ਦੀ ਆ। ਜਿੱਧਰ ਮਰਜ਼ੀ ਆ ਜਾਓ, ਰੇਟ ਵਧੀਆ ਲੱਗ ਜਾਣਗੇ। ਮੈਂ ਤੁਹਾਨੂੰ ਦਿਖਾਉਣਾ, ਇਹਦੀ ਵੀ ਸ਼ਕਲ ਦੇਖ ਲਓ। ਅਤੇ ਆਹ ਵੀ ਪਤੰਗ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਦੇ ਪਏ ਆ, ਆਪਾਂ ਦਿਖਾਉਂਦੇ ਹਾਂ ਤੁਹਾਨੂੰ ਸਾਰੇ। ਭਾਜੀ ਹੁਣਾਂ ਕੋਲ ਬਰੇਲੀ ਡੋਰ ਵੀ ਪਈ ਆ, ਗੱਟੂ ਵੀ ਪਏ ਆ, ਜਿਹੜੇ ਦੂਜੇ ਹੁਣ ਮਤਲਬ ਚੱਲਦੇ ਪਏ ਨਾ, ਕੋਟਨ ਵਾਲੀ ਡੋਰ ਦੇ ਗੱਟੂ ਪਏ ਆ, ਉਹ ਵੀ ਪਏ ਆ। ਡਿਜ਼ਾਈਨ ਤਾਂ ਬਹੁਤ ਹੀ ਸੋਹਣੇ ਸੋਹਣੇ ਪਏ ਆ, 3 ਤਾਵਾ, 6 ਤਾਵਾ, ਜੇ ਆਰਡਰ ਤੇ ਬਣਵਾਉਣੇ ਆ ਤਾਂ ਉਹ ਵੀ ਸਭ ਭਾਜੀ ਕੋਲ ਮਿਲ ਜੂਗਾ। ਫੋਨ ਆ ਰਿਹਾ ਕਿ ਸਿੱਧਾ? ਹਾਂ ਫਿਰ ਆ ਰਿਹਾ, ਆਈ ਜਾਣ ਤੇ ਹੁਣ ਵੀਡੀਓ ਨਾ ਬਣਾਵੇ ਬੰਦਾ। ਆ ਤੁਹਾਨੂੰ ਡਿਜ਼ਾਈਨ ਦਿਖਾਉਂਦੇ ਆ, ਆ ਵੀ ਦੁਕਾਨ ਭਾਜੀ ਉਹਨਾਂ ਦੀ ਆ। ਆ ਦੇਖੋ ਡਿਜ਼ਾਈਨ ਦੇਖੋ, ਬਾਹਰ ਪਤੰਗ ਵਾਧੂ ਪਏ ਵਾਧੂ। ਲੋਹੜੀ ਦਾ ਸੀਜ਼ਨ ਤਾਂ ਐਂਡ ਆ ਹਨਾ, ਅੰਧਾ ਗਾਈਟ ਹੈ ਅੰਧਾ। ਉਹ ਦੇਖੋ ਇਹਦੇ ਵਰਗਾ ਸੇਮ ਜਤਿਨ ਮੱਟੂ, ਜਤਿਨ ਮੱਟੂ। ਹੁਣ ਤੁਸੀਂ ਦੁਬਾਰਾ ਦੇਖ ਲਓ ਕਿ ਆਹ ਡਿਸਪਲੇ ਹੈਗੀ ਆ, ਆਹ ਡੋਰਾਂ ਪਈਆਂ, 12 ਤਾਰ ਪਈ ਹੈ, 9 ਤਾਰ ਪਈ ਹੈ, ਇਹ ਵੀ 12 ਤਾਰ ਹੈ। ਚਰਖੜੀਆਂ ਤਾਂ ਵਾਧੂ ਹੈ, ਅਤੇ ਪਤੰਗ ਵੀ ਆਪਣੇ ਕੋਲ ਵਾਧੂ ਹੈ, ਪਤੰਗ ਡਿਜ਼ਾਈਨ ਵਾਲੇ ਛੋਟੇ, ਇਹ ਵੀ ਗੱਟੂ ਵੀ। ਆਹ ਦੇਖ ਹੈ, ਮੈਂ ਵੀ, ਹਾਂ ਇਹ ਵੀ, ਆਹ ਵੀ ਵਧੀਆ, ਸਾਰੀਆਂ ਛੋਟੀਆਂ ਵੀ ਪਈਆਂ, ਬੱਚਿਆਂ ਵਾਸਤੇ ਵੀ ਪਈਆਂ, 16 ਤਾਰ ਵੀ ਪਈ ਹੈ। ਹਾਂ ਆਹ ਡਿਜ਼ਾਈਨ ਦੇਖੋ, ਡਿਜ਼ਾਈਨ ਮਤਲਬ ਪੂਰੀ ਮਾਰਕੀਟ 'ਚ ਨਾ ਮੇਰੇ ਹਿਸਾਬ ਨਾਲ ਸਾਨੂੰ ਸਭ ਤੋਂ ਵਧੀਆ ਡਿਜ਼ਾਈਨ ਇੱਥੇ ਹੀ ਮਿਲਿਆ, ਇਸੇ ਕਰਕੇ ਅਸੀਂ ਇੱਥੇ ਹੀ ਵੀਡੀਓ ਬਣਾਉਣ ਆਏ ਹਾਂ। ਅਤੇ ਬਾਕੀ ਉੱਧਰ ਵੀ ਡਿਜ਼ਾਈਨ ਨਹੀਂ ਹੈਗੇ, ਜਿਹੜੀ ਰੇਟ ਤੁਹਾਨੂੰ ਸਭ ਤੋਂ ਵਧੀਆ ਜਿਹੜਾ ਮਿਲਣੇ ਨਾ, ਉਹ ਆਹੀ ਦੁਕਾਨ 'ਤੇ ਮਿਲਣੇ ਆ। ਅਤੇ ਭਾਜੀ ਹੁਣਾਂ ਦੀ ਆਪਾਂ ਪਿਛਲੇ ਸਾਲ ਵੀ ਵੀਡੀਓ ਬਣਾਈ ਸੀ, ਇਸ ਸਾਲ ਵੀ ਤਾਂ ਹੀ ਆਏ ਹਾਂ, ਕਿਉਂਕਿ ਰੇਟ ਸਭ ਤੋਂ ਜੈਨੂਅਨ ਰੇਟ 'ਤੇ ਸਭ ਤੋਂ ਵਧੀਆ ਪਤੰਗ ਜਿਹੜੇ ਹੈਗੇ ਇਹਨਾਂ ਕੋਲ ਹੀ ਆ ਲੁਧਿਆਣੇ। ਐਡਰੈਸ ਹੈਗਾ ਲੱਡੂ ਦੇ ਅਗਲੀ ਮਤਲਬ ਥੋੜ੍ਹੀ ਜਿਹੀ ਅੱਗੇ ਜਾ ਕੇ ਦੁਕਾਨ ਹੈਗੀ ਆ, ਲੱਡੂ ਪਤੰਗਾਂ ਵਾਲਾ ਨਾ ਜਿਹੜਾ ਟਰੰਕ ਬਾਜ਼ਾਰ ਉੱਧਰ। ਲਵ ਯੂ ਵਾਲਾ ਪਤੰਗ ਵੀ ਹੈਗਾ, ਆਹ ਵੀ ਸਾਰੇ ਭਾਜੀ ਉਹਨਾਂ ਕੋਲ ਅੰਦਰ ਪਏ ਭਾਜੀ ਦਿਖਾਉਣ ਲੱਗੇ ਨੇ। ਹੋਰ ਭਾਜੀ ਠੀਕ ਠਾਕ ਹੋ? ਹਾਂਜੀ ਹਾਂਜੀ ਵਧੀਆ ਜੀ ਵਧੀਆ। ਭਾਜੀ ਕਿੰਨੇ ਰੁਪਏ ਤੋਂ ਸ਼ੁਰੂ ਹੋ ਗਏ, ਕਿੰਨੇ ਰੁਪਏ ਤੱਕ ਹੈਗੇ ਆਪਣੇ ਕੋਲ ਪਤੰਗ? ਭਾਜੀ 1 ਰੁਪਏ ਦੀ ਪਰੀ, 1 ਰੁਪਏ ਦੀ ਪਰੀ, ਇੰਨੀ ਮਹਿੰਗਾਈ 'ਚ 1 ਰੁਪਏ ਦੀ ਪਰੀ ਹੈਗੀ ਆ ਤੁਹਾਡੇ ਕੋਲ? ਵਾਹ ਭਾਜੀ, 1 ਰੁਪਏ ਦੀ ਪਰੀ ਹੈ ਜੀ, ਦੇਖ ਲਓ 1 ਰੁਪਏ ਦੀ ਪਰੀ ਹੈ। ਹਾਂ, ਉਸ ਤੋਂ ਬਾਅਦ ਤੁਹਾਨੂੰ ਮੈਂ ਦਿਖਾਉਣਾ 1.5 ਰੁਪਏ ਵਾਲੀ ਪਰੀ। ਆਹ ਲਓ, ਆ 1.5 ਰੁਪਏ ਦੀ ਆ ਗਈ, ਉਸ ਤੋਂ ਵੱਡਾ ਸਾਈਜ਼ ਆ ਗਿਆ 1.5 ਰੁਪਏ ਦੀ, ਮਤਲਬ 1 ਰੁਪਏ ਤੋਂ ਸਟਾਰਟ ਆ ਪਤੰਗ 1 ਰੁਪਏ ਤੋਂ ਹਨਾ। ਤੇ ਕਿੰਨੇ ਰੁਪਏ ਤੱਕ ਦਾ ਉਹ ਜਿਹੜਾ 6 ਫੁੱਟ ਦਾ, ਉਹ ਕਿਸ ਰੇਟ ਤੱਕ ਹੈਗਾ ਆਪਣੇ ਕੋਲ? 6 ਫੁੱਟ ਦਾ ਵੀਰੇ ਆਪਣਾ ਲਾ ਲਓ ਫਿਲਹਾਲ ਆਪਾਂ 120 ਰੁਪਏ ਦਾ ਦੇ ਰਹੇ ਹਾਂ, ਅੱਗੇ 150 ਰੁਪਏ ਦਾ ਹੋਣਾ, ਉਹੀ ਪਤੰਗ 200 ਰੁਪਏ ਤੱਕ ਜਾਣਾ, ਉਹੀ ਪਤੰਗ 200 ਤੱਕ ਚੱਲ ਜਾਣਾ। ਪਹਿਲਾਂ ਹੀ ਪਹਿਲਾਂ ਲੈ ਲਓ ਜਿਹਨੇ ਲੈਣੇ ਆ ਹਨਾ।
ਤੇ ਬਾਹਰ ਡਿਸਪਲੇ ਆ ਵੀ ਬਹੁਤ ਸੋਹਣੇ ਪਤੰਗ ਸੀਗੇ ਭਾਜੀ ਯਾਰ, ਹਨਾ ਦੇਖੋ ਸਨੇਕ ਸਨੇਕ ਵਾਲਾ ਅਹਿਮਦਾਬਾਦ ਦਰਜਨ ਇਸ ਤੋਂ ਬਾਅਦ ਆ ਗਏ ਆਪਾਂ ਪਤੰਗਾਂ ਤੇ, ਹਨਾ ਆ ਗਏ ਉਸ ਤੋਂ ਅਗਲੇ ਪਤੰਗ ਝਾਲਰ ਕਹਿੰਦੇ ਨਾ ਝਾਲਰ ਇਹਨੂੰ, ਝਾਲਰ ਆ ਗਈ। ਇਹ ਕਿੰਨੇ ਰੁਪਏ ਪੀਸ ਹੈ? ਪੰਜ ਰੁਪਏ ਪੀਸ ਹੈ। ਦਸ ਰੁਪਏ ਦਾ ਦੁਕਾਨਦਾਰ ਵੇਚ ਰਿਹਾ। ਹਾਂਜੀ ਦੁਕਾਨਦਾਰ ਵੇਚ ਰਿਹਾ ਦਸ ਰੁਪਏ ਦਾ, ਵਾਕਈ ਸੱਠ ਰੁਪਏ ਦਰਜਨ ਚੱਕੋ। ਆ ਗਿਆ ਜੀ ਮਟਕਾ, ਓ ਹੋ ਹੋ ਆਹ ਵੀ ਡਿਜ਼ਾਇਨ ਸੋਹਣਾ, ਦਸ ਦਸ ਰੁਪਏ ਸੇਲ ਹੋ ਰਿਹਾ, ਵਾਕਈ ਹੋ ਰਿਹਾ। ਪੰਜ ਰੁਪਏ ਦਾ ਮਿਲ ਜਾਏਗਾ ਤੁਹਾਨੂੰ, ਪੰਜ ਰੁਪਏ ਦਾ ਪੀਸ ਚੱਕੋ। ਆ ਗਿਆ ਉਸ ਤੋਂ ਬਾਅਦ ਮਝੋਲਾ, ਮਝੋਲਾ ਚ ਆਪਣੇ ਕੋਲ ਡਿਜ਼ਾਈਨ ਬਥੇਰੇ ਹੋਣਗੇ ਨਾ ਇਹਦੇ ਵਿੱਚ ਤਾਂ। ਆਹ ਡਿਜ਼ਾਈਨ ਸਾਰੇ ਨੀਚੇ ਡਿਜ਼ਾਈਨ ਹੀ ਪਏ ਆ, ਚੱਕੋ ਡਿਜ਼ਾਈਨ ਦੇਖੋ ਕਿੱਡਾ ਸੋਹਣਾ ਕੱਢਿਆ ਭਾਈ ਨੇ। ਆ ਚੱਕੋ ਇਹ ਵੀ ਉਹਦੇ ਨਾਲ ਦਾ ਕਲਰ, ਤਾਂ ਕਲਰ ਵੀ ਸਿਰਾ ਪਏ ਨੇ ਵਾਕਈ। ਇਹ 60 ਰੁਪਏ ਦਰਜਨ ਆ ਗਏ, ਇਸ ਤੋਂ ਵੱਡੇ ਆ ਗਏ ਮਝੋਲਾ ਤੋਂ ਬਾਅਦ ਆ ਗਏ। ਮਝੋਲਾ ਤੋਂ ਬਾਅਦ ਅੱਧਾ ਚੈਸ ਚ ਉਹ ਵੀ ਆਪਣੇ ਕੋਲ ਪ੍ਰਿੰਟ ਹੈਗਾ। ਹਾਂਜੀ ਅੱਧੇ ਦੇ ਵਿੱਚ ਆਪਣੇ ਕੋਲ ਰੰਗੀਨ ਵੀ ਮਿਲ ਜਾਏਗਾ, ਰੰਗੀਨ ਵੀ ਮਿਲ ਜਾਏਗਾ, ਪ੍ਰਿੰਟ ਵੀ ਮਿਲ ਜਾਏਗਾ ਤੇ ਪਲੇਨ ਵੀ ਆ। ਇਹ ਵੀ ਸੇਮ ਸਾਈਜ਼ ਆ? ਇਹ ਵੀ ਸੇਮ ਸਾਈਜ਼ ਆ, ਸੇਮ ਸਾਈਜ਼ ਆ, ਵਾਈਟ ਆ। ਹਾਂਜੀ ਹਾਂਜੀ ਹਾਂਜੀ, ਇਹ ਬਣਾ ਵੀਰੇ ਆਪਾਂ ਨੂੰ 70 ਰੁਪਏ ਦਰਜਨ, 70 ਰੁਪਏ ਦਰਜਨ ਠੀਕ ਹੈ ਜੀ। ਦੋਨੇ ਹੀ ਆ, ਹਾਂ ਪ੍ਰਿੰਟ ਵੀ ਦੂਜਾ ਵੀ, ਹਨਾ। ਹਾਂਜੀ ਹਾਂਜੀ, ਤੁਕਲਾਂ ਦਿਖਾਉਂਦੇ ਆ ਤੁਹਾਨੂੰ, ਤੁਕਲਾਂ ਦੇ ਰੇਟ ਵੀ ਦੱਸਦੇ ਆ ਹਲੇ, ਉਸ ਤੋਂ ਪਹਿਲਾਂ ਆਪਾਂ ਆ ਗਏ ਉਸ ਤੋਂ ਵੱਡੇ ਪਤੰਗ ਤੇ। ਆ ਗਏ ਆਪਣੇ ਕੋਲੇ ਪੋਣਾ ਸਾਈਜ਼, ਹਾਂ ਅੱਧੇ ਤੋਂ ਬਾਅਦ ਆ ਗਏ ਪੋਣਾ ਤੇ। ਲੋ ਵੀਰੇ ਪੋਣਾ ਸਾਈਜ਼, ਪੋਣੇ ਸਾਈਜ਼ ਚ ਵੀ ਡਿਜ਼ਾਈਨ ਤਾਂ ਵਾਧੂ ਪਏ ਨੇ, ਡਿਜ਼ਾਈਨ ਵੀ ਅੱਖੀ ਆ ਗਿਆ ਜੀ 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 ਜੀ। ਇਹ ਪੋਣਾ ਰੰਗੀਨ ਹੈ, ਇਹ ਪੈਣਾ ਜੀ ਆਪਣੇ ਨੂੰ 90 ਰੁਪਏ ਦਰਜਨ, ਜੇ ਸੈਂਕੜਾ ਲੈਣਾ 650 ਰੁਪਏ ਦਾ ਸੈਂਕੜਾ, 650 ਰੁਪਏ ਸੈਂਕੜਾ। ਬਹੁਤ ਵਧੀਆ ਸਾਈਜ਼ ਹੈ ਯਾਰ, ਸਾਈਜ਼ ਨੋਰਮਲ ਵਧੀਆ ਹੈ। ਉਦਾਂ ਵੀ ਲੈਣੇ ਆ 3-4 ਸੈਂਕੜੇ ਲੈਣੇ ਆ ਤਾਂ ਮੇਰਾ ਵੀ 10-20 ਰੁਪਏ 30 ਰੁਪਏ ਮਾਣ ਕਰ ਦਾਂਗੇ ਆਪਾਂ। ਹੋਰ ਵੀ ਮਾਣ ਹੋ ਜਾਊਗਾ ਮੌਕੇ ਤੇ, ਹੋਰ ਵੀ ਮਾਣ ਹੋ ਜਾਊਗਾ ਤੇ ਆ ਕੇ ਜਿੰਨੇ ਜ਼ਿਆਦਾ ਜਿੰਨੀ ਕੁਆਂਟੀਟੀ ਹੋਊਗੀ ਉਹਨਾਂ ਰੇਟ ਵੀ ਮਿਲ ਜਾਊਗਾ ਤੁਹਾਨੂੰ। ਮਟਕਾ ਆ ਗਿਆ ਉਹਦੇ ਵਿੱਚ, ਪੌਣੇ ਚ ਮਟਕਾ ਆ ਗਿਆ, ਸਾਰੇ ਮਟਕੇ ਪਏ ਦੇਖ ਲਓ ਆ ਨੀਚੇ ਤੱਕ। ਤੀਲਾ ਵੀ ਵਧੀਆ ਯਾਰ, ਪੇਪਰ ਵੀ ਵਧੀਆ, ਸਭ ਵਧੀਆ, ਓਕੇ ਰਿਪੋਰਟ ਆ। ਤਾਵਾ ਮੱਛੀ ਆ ਗਈ, ਕੋਈ ਉਹਨੂੰ ਲੰਬੂਪਰਾ ਵੀ ਕਹਿੰਦੇ ਨੇ, ਲੰਬੂਪਰਾ ਹੋ ਗਿਆ ਜੀ। ਸਾਡੇ ਕੋਲ ਆਪਣੇ ਕਾਰੀਗਰ ਦੀ ਬਣੀ ਹੋਈ ਹੈ, ਹੈਗੀ 180 ਰੁਪਏ ਦਰਜਨ, ਆ ਪੈਣੀ 120 ਰੁਪਏ ਦਰਜਨ ਭਾਈ, 120 ਰੁਪਏ ਦਰਜਨ, 180 ਰੁਪਏ ਦਰਜਨ। ਉਹ ਵੀ ਫਿਨਿਸ਼ਿੰਗ ਚੈੱਕ ਕਰੋ ਤੇ ਇਹਦੀ ਚੈੱਕ ਕਰੋ, ਮਤਲਬ ਦੋਨੋਂ ਵਧੀਆ ਨੇ ਆਪਣੀ ਆਪਣੀ ਜਗ੍ਹਾ, ਪਰ ਉਹ ਤਾਂ ਫਿਰ ਗੱਲਬਾਤ ਹੀ ਓਕੇ ਰਿਪੋਰਟ ਆ ਉਹਦੀ, ਉਹਦੀ ਗੱਲਬਾਤ ਹੀ ਓਕੇ ਆ। ਇਹ ਚ ਤੁਹਾਨੂੰ ਤਾਵਾ ਸਿਆ ਦਿਖਾਉਣਾ ਮੈਂ, ਆ ਜਾਓ ਆ ਲਓ ਜੀ ਤਾਵਾ। ਹਾਂਜੀ ਓਏ ਹੋਏ ਹੋਏ, ਡਿਜ਼ਾਈਨ ਚੈੱਕ ਕਰੋ ਬੱਬੇ, ਰਾਮਪੁਰ ਦਾ ਤਾਵਾ ਓਕੇ ਰਿਪੋਰਟ ਆ। 15 ਰੁਪਏ ਦਾ ਪੀਸ ਆ, ਹਾਂਜੀ 180 ਰੁਪਏ ਹੋ ਗਿਆ ਆਪਣਾ ਦਰਜਨ, 180 ਰੁਪਏ ਦਰਜਨ। ਜਿਸ ਨੇ ਸੈਂਕੜਾ ਲੈਣਾ ਮੇਰਾ ਵੀਰ ਤੇ ਮੌਕੇ ਤੇ ਆਪਾਂ ਮਾਨਦਾਨ ਕਰ ਦਾਂਗੇ, ਮੌਕੇ ਤੇ ਵੀ ਸੈਂਕੜੇ ਦਾ ਹਿਸਾਬ ਹੋ ਜਾਊਗਾ। ਇਹ ਡਿਜ਼ਾਈਨ ਬਹੁਤ ਵਧੀਆ ਵਧੀਆ ਨੇ ਨੀਚੇ ਯਾਰ, ਡਿਜ਼ਾਈਨ ਬਹੁਤ ਨੇ, ਡਿਜ਼ਾਈਨ ਬਹੁਤ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ। ਇਹ ਆ ਗਏ ਪਾਕਿਸਤਾਨੀ,
ਪਾਕਿਸਤਾਨੀ ਤਾਵਾ ਪਤੰਗ ਆ ਗਏ, ਬਹੁਤ ਸੈੱਟ ਪਤੰਗ ਨੇ ਨਾਲੇ ਯਾਰ। ਇਹ ਪਾਕਿਸਤਾਨੀ ਦੇ ਜਿੱਦਾਂ ਸ਼ੇਪ ਵੀ ਉਦਾਂ ਦੀ ਹੋਈ ਆ, ਪਾਕਿਸਤਾਨੀ ਹੁੰਦੇ ਨੇ। ਪੈਣਾ ਭਾਈ 20 ਰੁਪਏ ਦਾ ਸਿੰਗਲ ਪੀਸ, 20 ਰੁਪਏ ਦਾ ਜੀ। ਜੇ ਸੈਂਕੜਾ ਲੈਣੇ ਹੋ ਤੁਹਾਡਾ ਮਾਨ ਤਾਨ ਕਰ ਦਾਂਗੇ, ਸੈਂਕੜੇ 'ਚ ਹੋਰ ਵਧੀਆ ਲੱਗ ਜੂਗਾ, ਰੇਟ ਹੋਰ ਵਧੀਆ ਲੱਗ ਜੂ ਇਹਦੇ 'ਚ। ਹਾਂ ਵਧੀਆ ਰੇਟ ਦੇ ਦਾਂਗੇ, ਨਾਲੇ ਡਿਜ਼ਾਈਨ ਤਾਂ ਸਾਰੇ ਹੀ ਯਾਰ, ਇਹ ਵੀ ਅਲੱਗ-ਅਲੱਗ ਇਹਦੇ ਵਿੱਚ ਸਾਰੇ ਅਲੱਗ-ਅਲੱਗ ਨਾਲੇ, ਠੀਕ ਹੈ ਜੀ। ਡਿਜ਼ਾਈਨ ਵੀ ਅਲੱਗ-ਅਲੱਗ, ਹੋਰ ਵੀ ਆ ਚਿੱਟੇ ਵੀ ਹੈਗੇ ਨਾ। ਹਾਂ ਜੀ, ਚਿੱਟਿਆਂ ਦਾ ਡਿਜ਼ਾਈਨ, ਚਿੱਟਿਆਂ ਦਾ ਵੀ ਡਿਜ਼ਾਈਨ ਸੋਹਣਾ। ਜੈਟ ਬਲੈਕ ਚਾਹੀਦੀ ਨਾ ਭਾਜੀ, ਹੁਣ ਉਹ ਵੀ ਅਵੇਲੇਬਲ ਪਈ ਆ। ਹਾਂ ਉਹ ਵੀ ਪਈ ਆ, ਉਹ ਪਈ ਪਲੇਨ ਜੈਟ ਬਲੈਕ ਵੀ ਆ ਗਈ, ਜੈਟ ਬਲੈਕ ਵੀ ਆ ਗਈ। ਹਾਂ ਆ ਭਰਮੀ ਗੁੱਡੀ ਆ ਵੀਰੇ, ਡੇਢ ਤਾਵੇ ਦੇ ਵਿੱਚ, ਡੇਢ ਤਾਵਾ ਆ ਗਈ ਜੀ। ਠੀਕ ਹੈ ਜੀ, ਇਹ ਭਾਈ ਸਿੰਗਲ ਪੀਸ ਪੈਣਾ ਆਪਣਾ 35 ਰੁਪਏ ਦਾ, 35 ਰੁਪਏ ਸਿੰਗਲ ਪੀਸ। ਜਿਹਨੇ ਸੈਂਕੜਾ ਲੈਣਾ ਉਹਦਾ ਆਪਾਂ ਮੌਕੇ ਤੇ ਮਾਨਦਾਨ ਕਰ ਦਾਂਗੇ ਵੀਰੇ। ਓਕੇ ਬੜਾ, ਮਤਲਬ 3500 ਦਾ ਨਹੀਂ ਲੱਗੂਗਾ, ਘੱਟ ਲੱਗ ਜੂਗਾ ਜੀ। ਆ ਚੰਡਾ ਆ ਗਿਆ ਯਾਰ, ਇਹ ਤਾਂ ਪਿੱਛੇ ਰਹਿ ਗਿਆ ਥੋੜਾ, ਬਾਹਰ ਨਹੀਂ ਬਾਹਰ ਲੱਗੀ ਹੋਈ ਗੁੱਡੀ, ਇਹ ਬਹੁਤ ਸੋਹਣਾ ਲੱਗਿਆ ਹੋਇਆ ਬਾਹਰ। ਆਪਣੇ ਕੋਲ ਕਿੰਨਾ ਪਿਆ? ਆਪਣੇ ਕੋਲ 175 ਰੁਪਏ ਦਾ, 175 ਰੁਪਏ ਚ ਸਿਰਫ ਏਡਾ ਸੋਹਣਾ ਸਟਾਰ ਆ ਇਹ। ਆ ਸਾਰੀ ਹੁਣ ਤੁਸੀਂ ਡਿਸਪਲੇ ਦੇਖ ਸਕਦੇ ਹੋ, ਭਾਈ ਉਹਨਾਂ ਨੇ ਕੀਤੀ ਹੋਈ ਆ, ਸਾਰੇ ਰੇਟ ਤੁਹਾਨੂੰ ਦੱਸਦੇ ਹੋਏ। ਜੇ ਕਿਸੇ ਦਾ ਪੁੱਛਣਾ ਭਾਜੀ ਉਹਨਾਂ ਨੂੰ ਫੋਨ ਕਰ ਲਿਓ, ਨੰਬਰ ਮੈਂ ਨੀਚੇ ਦਿੱਤਾ ਹੀ ਹੋਇਆ। ਆਹ ਡਿਜ਼ਾਈਨ ਵੀ ਦੇਖੋ, ਡਿਜ਼ਾਈਨ ਸਾਰੇ ਓਕੇ ਰਿਪੋਰਟ ਨੇ। ਆ ਤੁਕਲਾਂ ਵੀ ਦੇਖ ਲਿਆ ਤੁਸੀਂ, ਹਨਾ ਹੁਣ ਇਸ ਤੋਂ ਅੰਦਰ ਹੋਰ ਹੈਗੀ ਆ। ਹਲੋ ਭਾਈ, ਡੇਢ ਤਾਵਾ ਚੈੱਕ ਕਰੋ, ਡੇਢ ਤਾਵੇ ਚ ਡਿਜ਼ਾਈਨ ਦੇਖਿਓ। ਹਾਂ ਇੱਕ, ਠੀਕ ਹੈ ਜੀ, ਦੋ ਚੈੱਕ ਕਰੋ, ਡਿਜ਼ਾਈਨ ਦੇਖਿਓ ਸਾਰੇ। ਹਲੋ ਭਾਈ, ਤਿੰਨ, ਆਹ ਡਿਜ਼ਾਈਨ ਦੇਖੋ, ਇਹ ਡੇਢ ਤਾਵੇ ਨਾ, ਡੇਢ ਤਾਵੇ ਭਾਜੀ, ਡੇਢ ਤਾਵੇ। ਹਲੋ ਠੀਕ ਹੈ, ਵਾਈਟ ਚੀਜ਼ਾਂ ਚੈੱਕ ਕਰੋ ਭਾਜੀ। ਓਹ ਹੋ ਹੋ, ਕੀ ਬਾਤ ਆ ਭਾਜੀ, ਆਪ ਤੰਗ ਨੇ ਤਾਂ ਰੂਹ ਖੁਸ਼ ਕਰਤੀ। ਕਾਫੀ ਡਿਜ਼ਾਈਨ ਪਏ ਯਾਰ, ਕਾਫੀ ਸਾਰੇ ਡਿਜ਼ਾਈਨ ਪਏ, ਡਿਜ਼ਾਈਨ ਤਾਂ ਖਤਮ ਹੀ ਨਹੀਂ ਹੋਣਾ ਜੇ ਦਿਖਾਈ ਜਾਈਏ ਤਾਂ। ਇਹ ਡਿਜ਼ਾਈਨ ਤਾਂ ਵਾਧੂ ਵਾਧੂ ਪਏ ਭਾਜੀ, ਉਹਨਾਂ ਕੋਲ ਡੇਢ ਤਾਵੇ ਆ, ਛੋਟੇ ਵੀ ਛੱਜੇ ਪਏ ਭਾਜੀ, ਡੇਢ ਤਾਵੇ ਤੋਂ ਛੋਟੇ ਵੀ ਹੈਗੇ ਹਨਾ, ਛੋਟੇ ਵੀ ਪਏ ਆ, ਤਾਵੇ 'ਚ ਵੀ ਦਿਖਾਉਣਾ ਤੁਹਾਨੂੰ ਸੱਜ ਮੈਂ। ਹਲੋ, ਤਾਵੇ ਦੀ ਪਰੀ ਚੈੱਕ ਕਰੋ, ਤਾਵੇ 'ਚ ਆ ਗਏ ਹੁਣ ਇਹ ਤਾਵਿਆਂ ਦੇ ਡਿਜ਼ਾਈਨ। ਹਲੋ, ਤਾਵੇ ਦਾ ਛੱਜਾ, ਹਾਂ ਤਾਵੇ ਦਾ ਛੱਜਾ ਆ ਗਿਆ, ਜਤਿਨ ਮਟੂ ਤੇ ਤਾਵੇ ਦੀ ਪਰੀ। ਇਹਦਾ ਪ੍ਰਾਈਸ ਭਾਜੀ? ਇਹ ਭਾਈ ਨੋਰਮਲੀ 15 ਰੁਪਏ ਦਾ ਸੇਲ ਕਰਦੇ ਸਾਰੇ, ਆਪਾਂ ਦਿੰਨੇ ਆ ਇੱਥੇ 1200 ਰੁਪਏ ਦਾ ਸੈਂਕੜਾ। 1200 ਰੁਪਏ ਸੈਂਕੜਾ, ਮਤਲਬ 12 ਰੁਪਏ ਪੀਸ ਆ ਇਹ, ਇੰਨਾ ਸੋਹਣਾ ਪੀਸ ਆ ਇਹ। ਹਾਂਜੀ, ਤੇ ਜਿਹੜਾ ਆਪਾਂ ਪਹਿਲਾਂ ਇਹਦਾ ਰੇਟ ਦੱਸਿਆ ਤਾਵੇ ਦਾ, ਡੇਢ ਤਾਵੇ ਦਾ, ਸੋਰੀ, ਡੇਢ ਤਾਵਾ ਵੀਰੇ 100 ਦੇ 4, 100 ਦੇ 4 25 ਰੁਪਏ ਪੀਸ ਆ ਗਿਆ, 100 ਰੁਪਏ ਦੇ ਨਹੀਂ, 100 ਰੁਪਏ 4 25 ਰੁਪਏ ਪੀਸ ਆ ਗਿਆ। ਹਾਂ ਠੀਕ ਹੈ, ਇਹ 100 ਦੇ 4 ਆ ਪੀਸ, ਹਨਾ। ਆਪ ਸਾਈਜ਼ ਉਹ ਤੋਂ ਵੱਡਾ ਨਹੀਂ ਭਾਜੀ, ਉਹ ਵੀ ਡੇਢ ਤਾਂ ਬਈ ਆ, ਉਹ ਡੇਢ ਤਾਂ ਬਈ ਆ ਰਾਮਪੁਰ ਦਾ। ਅੱਛਾ, ਉਹ ਰਾਮਪੁਰ ਦਾ, ਉਹਦਾ ਡਿਜ਼ਾਈਨ ਤੋਂ ਹੀ ਪਤਾ ਲੱਗ ਗਿਆ, ਉਹ ਦੇਖੋ ਡਿਜ਼ਾਈਨ ਦੇਖੋ ਉਹਦੇ ਤੁਸੀਂ, ਰਾਮਪੁਰ ਦੀ ਗੁੱਡੀ ਆ ਡੇਢ ਤਾਂ ਬਈ ਦੀ। ਓਏ ਹੋਏ ਹੋਏ, ਆ ਜੈੱਟ ਬਲੈਕ ਆ ਗਿਆ, ਉਹ ਵੀ ਡਿਜ਼ਾਈਨ, ਆਹ ਵੀ ਡਿਜ਼ਾਈਨ, ਇਹ ਸਾਰੇ ਤਿੱਲੇ ਇਹਨਾਂ ਦੇ ਰਾਮਪੁਰ ਦੇ ਅਲੱਗ ਹੁੰਦੇ ਨਾ, ਹਨਾ, ਅਲੱਗ ਆ, ਤਿੱਲਾ ਸੇਕਿਆ ਹੋਇਆ ਦਾ, ਤਿੱਲਾ ਸੇਕਿਆ ਹੋਇਆ, ਅਲੱਗ ਚੀਜ਼ ਆ ਇਹ, ਗੁੱਡੀ ਵਧੀਆ ਉੜਦੀ ਆ। ਚਲੋ, ਡੇਢ ਤਾਵੇ ਦਾ ਮਟਕਾ ਚੈੱਕ ਕਰੋ, ਡੇਢ ਤਾਵੇ 'ਚ ਮਟਕਾ, ਓਏ ਹੋਏ ਹੋਏ, ਡਿਜ਼ਾਈਨ ਦੇਖੋ ਇਹਦਾ ਪ੍ਰਾਈਸ ਭਾਜੀ। ਇਹ ਭਾਈ ਇਹ ਵੀ 100 ਦੇ 4, ਚੱਕੋ ਇੱਥੇ ਡਿਜ਼ਾਈਨ ਤੇ ਤੁਸੀਂ ਰੇਟ ਦੇਖ ਲਿਆ, ਡਿਜ਼ਾਈਨ ਤਾਂ ਭਾਜੀ ਉਹਨਾਂ ਕੋਲ ਇੱਕ ਤੋਂ ਇੱਕ ਹੈਗੇ ਹੀ ਹੈਗੇ ਆ, ਤੇ ਰੇਟ ਵੀ ਸਭ ਤੋਂ ਵਧੀਆ ਪਿਆ ਭਾਜੀ ਉਹਨਾਂ ਕੋਲ। ਕਿੱਧਰ ਉਹ ਸਾਰੇ ਪਿੱਛੇ ਚੈੱਕ ਕਰਨ ਵਾਲੇ ਹੀ ਆ ਬਰੋ। ਹਾਂ ਹਲੋ ਭਾਈ, ਡੇਢ ਤਾਵਾ, ਹਲੋ, ਡੇਢ ਤਾਵੇ 'ਚ ਆ ਗਈ ਚੈਸ, 35 ਰੁਪਏ ਦਾ ਪੀਸ ਆ ਭਾਜੀ, 35 ਰੁਪਏ ਪੀਸ ਆ ਗਿਆ। ਹਾਂਜੀ, ਚੈਸ 'ਚ ਤਾਂ ਚਲੋ ਮਿਹਨਤ ਵੀ ਜ਼ਿਆਦਾ, ਸੈਂਕੜਾ ਲੈਣਾ
ਜਰੂਰ ਸੈਂਕੜੇ ਚ ਹੋਊਗਾ ਇਹਦੇ ਚ। ਹਾਂਜੀ ਮਤਲਬ 35 ਰੁਪਏ 3500 ਸੈਂਕੜਾ ਹੋ ਗਿਆ, ਓਨਾ ਨੀ ਲੱਗੂਗਾ, ਘੱਟ ਲੱਗੂਗਾ ਆਪਾਂ ਪੀਸ ਚੈੱਕ ਕਰੋ ਨਾਲੇ ਬਟਰ ਪੇਪਰ ਨਾਲੇ ਕਰਿਓ ਇਹਨੂੰ ਹਿਲਾਇਓ ਮਾੜਾ ਜਿਦਾਂ ਬਟਰ ਪੇਪਰ ਦੀ ਆਵਾਜ਼ ਜੀ ਆਉਂਦੀ। ਆ ਚੱਕ ਬਹੁਤ ਓਕੇ। ਕਿੰਨੀ ਇਹਦਾ ਪ੍ਰਾਈਸ? ਇਹਦਾ 70 ਰੁਪਏ ਦਾ ਪੀਸ ਹੈ। 70 ਰੁਪਏ ਪੀਸ? ਹਾਂਜੀ ਨੋਰਮਲ 70 ਰੁਪਏ ਦਾ ਪੀਸ ਵਿਕਦਾ ਜੀ। ਡਿਜ਼ਾਇਨ ਤੇ ਰੇਟ ਭਾਜੀ ਹੁਣਾਂ ਕੋਲ ਤੋਂ ਵਧੀਆ ਕਿਤੇ ਪਾਸੇ ਨੀ ਮਿਲਣਾ। ਜਾਇਜ਼ ਜਾਇਜ਼ ਨਾਲੇ ਤੁਸੀਂ ਦੇਖ ਸਕਦੇ ਹੋ, ਦੇਖੋ ਡਿਜ਼ਾਇਨ ਚੈੱਕ ਕਰੋ ਹੋਰ ਭਾਈ ਨਹੀਂ ਤੁਸੀਂ ਸਾਰਾ ਭਰੇ ਹੀ ਭਾਈ। ਚੈਸ ਵੀ ਇੱਕ ਨੀਚੇ ਤਾਵਾ ਉਧਰ ਚੈੱਕ ਕਰੋ। ਓਹੋ ਭਰਾਵਾ ਇਹ ਹੋਰ ਵੱਡੀ ਲੱਗਦੀ ਹੈ। ਇਹ ਹੈਗਾ ਤਿੰਨ ਤਾਵਾ ਆਪਣਾ, ਇਹ ਆਪਣੇ ਕਾਰੀਗਰ ਦਾ ਬਣਿਆ ਹੋਇਆ। ਹਾਂ ਹਾਂ ਇਹ ਦੇ ਰਹੇ ਆਪਾਂ ਫਿਲਹਾਲ 50 ਰੁਪਏ ਦਾ ਪੀਸ। 50 ਰੁਪਏ ਦਾ ਪੀਸ ਆ ਇਹ? ਨੋਰਮਲੀ 60 ਰੁਪਏ ਦਾ ਹਰ ਦੁਕਾਨਦਾਰ ਦਿੰਦਾ ਮਿਲਦਾ ਪਿਆ ਇਹਨਾਂ ਦਾ। 50 ਰੁਪਏ ਦਾ ਭਾਈ ਬਿਲਕੁਲ 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 ਭਾਈ। ਆ ਦੇਖੋ ਆ ਪੀਸ ਚੈੱਕ ਕਰੋ ਮੇਰਾ ਭਰਾ, ਸ਼ਿਵਲਿੰਗ ਵੀ ਬਣਾਇਆ ਹੋਇਆ। ਸ਼ਿਵਲਿੰਗ ਬਣਿਆ ਹੋਇਆ ਪਾਕਿਸਤਾਨੀ ਪੀਸ ਵੀ ਹੈਗਾ, ਉਹ ਵੀ ਕਿੰਨਾ? 90 ਰੁਪਏ ਦਾ ਪ੍ਰਾਈਸ ਆ ਉਹਦਾ। ਉਹਦਾ ਵੱਡਾ ਪੱਤਾ ਲਵਾਇਆ, ਖੁਦ ਬਣਾਇਆ, ਮੈਨੂੰ ਆਪ ਨੂੰ ਸ਼ੌਂਕ ਹੈਗਾ ਇਹ। ਅੱਛਾ ਜੀ ਵਾਹ, ਖੁਦ ਬਣਵਾਇਆ ਆਪ। ਇਹਦੇ ਪਿੱਛੇ ਸਾਰੇ ਡਿਜ਼ਾਈਨ ਆਹੀ ਹੈ ਕਿ ਅਲੱਗ? ਅਲੱਗ-ਅਲੱਗ ਵੀ ਹੈਗੇ ਡਿਜ਼ਾਈਨ ਵਿੱਚ, ਸੇਮ ਵੀ ਹੈਗੇ। ਆ ਚੈੱਕ ਕਰੋ ਡਿਜ਼ਾਈਨ, ਆ ਦੇਖੋ ਚੈੱਕ ਕਰੋ। ਨਾਲ ਦੀ ਦੁਕਾਨ ਤੋਂ ਜਾ ਕੇ ਪੁੱਛ ਲੋ, ਕਿਉਂਕਿ ਰੇਟ ਜਿਹੜੇ ਭਾਜੀ ਹੁਣਾਂ ਕੋਲ ਨਾ ਕਿਸੇ ਪਾਸੋਂ ਨੀ ਮਿਲਦੇ। ਦੁਕਾਨਦਾਰ ਅਲੱਗ, ਭਾਵੇਂ ਗਰਮੀਆਂ ਚ ਵੀਡੀਓ ਦੇਖ ਰਹੇ ਹੋ ਤੁਸੀਂ, ਭਾਵੇਂ ਸਰਦੀਆਂ ਚ ਦੇਖ ਰਹੇ ਹੋ, ਦੁਕਾਨਦਾਰ ਨੂੰ ਰੇਟ ਅਲੱਗ ਮਿਲ ਜਾਣਗੇ। ਭਾਜੀ ਹੁਣਾਂ ਨੂੰ ਮੈਸੇਜ ਕਰ ਲਿਓ, ਮੈਂ ਡਿਸਕ੍ਰਿਪਸ਼ਨ ਚ ਵੀ ਨੰਬਰ ਦੇ ਰਿਹਾ, ਵੀਡੀਓ ਚ ਵੀ ਨੰਬਰ ਦੇ ਰਿਹਾ। ਡਿਜ਼ਾਇਨ ਪਿਆ 60 ਦਾ, ਉਸ ਤੋਂ ਬਾਅਦ ਜਿੰਨਾ ਡਿਜ਼ਾਇਨ ਵਧੀ ਜਾਏਗਾ ਉਹਦਾ ਪ੍ਰਾਈਸ ਵਧੀ ਜਾਏ। ਡਿਜ਼ਾਇਨ ਦੇ ਹਿਸਾਬ ਨਾਲ ਤਿਰੰਗਾ ਵੀ ਪਿਆ ਭਾਈ ਉਹਨਾਂ ਕੋਲ ਪਿੱਛੇ, ਆਪਣੇ ਕੋਲ ਹਾਂ ਉਹਦੇ ਪਿੱਛੇ ਤਿਰੰਗਾ ਵੀ ਪਿਆ ਵਾ। ਇਹ ਐਮ ਟੰਗ ਦੋ ਕੋਈ ਗੱਲ ਨੀ, ਤੁਸੀਂ ਉਹ ਪਰੇ ਨੂੰ ਚੈੱਕ ਕਰੋ। ਚੈਸ ਵੀ ਪਈ ਆ, ਚੈਸ ਆ, ਤਿਰੰਗਾ ਆ, ਦੇਖੋ ਪਾਕਿਸਤਾਨੀ ਗੁੱਡੀ, ਪਾਕਿਸਤਾਨੀ ਗੁੱਡੀ ਇਹ ਵੀ ਪਿੱਛੇ, ਉਹ ਦੇਖੋ ਛਾਲਾ ਵੀ ਹੈਗਾ। ਉਹ ਭਾਈ ਉਹ ਪਰਾ ਬੜਾ ਵਧੀਆ ਯਾਰ, ਉਹ ਪਰੇ ਪਰੇ ਬਹੁਤ ਉੜਦੇ ਆ ਯਾਰ। ਉਹ ਜਿਹੜਾ ਵੀ ਆਈ ਪੀ ਚ 50 ਕਹਿ ਕੇ ਆਇਆ ਆਪਾਂ 5 ਦਵਾਂਗੇ, 5 ਉਹਨੂੰ 100 ਦੀਆਂ 5 ਚਲੋ।
ਮੇਰੀਆਂ ਦੁਕਾਨ ਛੋਟੀ ਕਰਕੇ ਦੁਕਾਨ ਭਾਈ ਦੇ ਛੋਟੇ ਉਹ ਹੁੰਦੇ ਨੀ ਯਾਰ, ਕਹਿੰਦੇ ਛੋਟਾ ਬੰਬ ਬੜਾ ਧਮਾਕਾ, ਉਹ ਚੀਜ਼ ਆ ਅੰਦਰ ਜਿੱਦਾਂ ਜਿੱਦਾਂ ਆਈ ਜਾਊਗੀ ਉਨੀ ਵਰਾਇਟੀ ਹੋਣਾ ਭਾਜੀ ਹੋਣਾ ਕੋਲ ਪਈ ਆ। ਝੰਡੇ ਸ਼ੋ ਕਰਾ ਦੋ ਬਾਹਰ ਦੇਖ ਝੰਡੇ ਭਾਜੀ, ਝੰਡੇ ਪੂਰੀ ਹਾਈਟ ਵੀ ਦੇਖ ਲੋ, ਇੱਧਰ ਵੀ ਆ ਵੀ ਪਤੰਗ ਝੰਡੇ ਵਾਲਾ, ਉਹ ਵੀ ਪਤੰਗ ਝੰਡੇ ਵਾਲਾ, ਬਹੁਤ ਸੋਹਣੇ ਪਏ ਯਾਰ। ਤੁਕਲਾ ਦੇਖ ਉੱਪਰ ਪੈਕ ਪਈਆਂ, ਆਹ ਪਤੰਗ ਪਏ ਨੇ, ਮੇਰੇ ਭਤੀਜੇ ਦਾ ਪਤੰਗ, ਭਤੀਜੇ ਦਾ ਕਰੋ ਪਤੰਗ ਦੇ ਫੁੱਲ ਆਏ ਆਪਾਂ, ਠੀਕ ਆ ਵੀਰੇ। ਭਾਈ ਇਹਦਾ ਪ੍ਰਾਈਸ ਕੀ ਹੈ ਯਾਰ? ਇਹ ਬਹੁਤ ਵਧੀਆ ਲੱਗ ਰਿਹਾ ਯਾਰ। ਇਹ ਭਾਈ ਓਨਲੀ 50 ਰੁਪੀਸ, 50 ਰੁਪਏ ਦਾ ਇੱਕ ਪੀਸ। ਹਾਂਜੀ ਚੱਕੋ, 50 ਰੁਪਏ, 50 ਰੁਪਏ ਦਾ ਪੀਸ ਭਾਈ, ਠੀਕ ਹੈ ਜੀ। ਕਿਉਂ ਭਾਈ ਆਹ? ਇਹ ਭਾਜੀ ਆਪਣਾ 70 ਰੁਪਏ ਦਾ ਪੀਸ ਹੈ, ਬਟਰ ਪੇਪਰ ਦਾ 70 ਰੁਪਏ ਪੀਸ ਹੈ। ਹਾਂਜੀ ਇਹ ਭਾਜੀ 60 ਰੁਪਏ ਦਾ ਪੀਸ ਹੈ, ਉਹ 70 ਦਾ, ਉਹਦੇ ਸਾਈਡ ਤੇ ਫੈਂਸੀ ਹੋਏਗਾ ਥੋੜਾ ਜਿਹਾ, ਝਾਲਰ ਲੱਗੀ ਹੈ। ਹਾਂਜੀ ਹਾਂਜੀ ਝਾਲਰ ਲੱਗੀ ਹੋਈ ਹੈ ਹਨਾ। ਜੇ ਹੋਰ ਕੋਈ ਭਾਜੀ ਤੋਂ ਮਤਲਬ ਰੇਟ ਲੈਣੇ ਆ ਤਾਂ ਭਾਜੀ ਉਹਨਾਂ ਨੂੰ ਮੈਸੇਜ ਕਰ ਲਓ, ਕਿਸੇ ਚੀਜ਼ ਦਾ ਸਕਰੀਨਸ਼ਾਟ ਭੇਜ ਕੇ ਵੀ ਤੁਸੀਂ ਭਾਜੀ ਉਹਨਾਂ ਨੂੰ WhatsApp ਤੇ ਵੀ ਪੁੱਛ ਸਕਦੇ ਹੋ। ਭਾਜੀ ਦਾ WhatsApp ਨੰਬਰ ਭਾਜੀ ਬੋਲ ਦਿਓ ਇੱਕ ਵਾਰ। ਆਲ ਓਵਰ ਇੰਡੀਆ ਭਾਈ ਡਿਲੀਵਰੀ ਹੈ ਆਪਣੀ, ਜਿੱਥੋਂ ਮਰਜ਼ੀ ਤੁਸੀਂ ਬੈਠੇ ਘਰੇ ਪਤੰਗ ਮੰਗਾ ਸਕਦੇ ਹੋ। ਕੰਟੈਕਟ ਨੰਬਰ ਹੈਗਾ ਆਪਣਾ 7986127789, ਕਿਆਰਾ ਕਾਇਟ ਸਟੋਰ, ਪਹਿਲਾਂ ਸੀਗਾ ਸ਼ਰਮਾ ਕਾਇਟ ਸਟੋਰ, ਹੁਣ ਮੇਰੀ ਗੁੜੀਆ ਹੋ ਗਈ ਹੈ ਤੇ ਆਪਣਾ ਉਹਦੇ ਨਾਂ ਤੇ ਰੱਖਣਾ ਵਾ ਅੱਗੇ ਨਾਮ ਕਿਆਰਾ ਕਾਇਟ ਸਟੋਰ। ਥੈਂਕ ਯੂ ਮੇਰਾ ਵੀਰ। ਹੁਣ ਆਪਣੇ ਭਾਈ ਕੋਲ ਵੈਸੇ ਹੁਣ 6 ਫੁੱਟ ਦੇ ਦਿਖਾਏ ਨੀ ਹੈਗੇ, 6 ਫੁੱਟ ਦੇ ਵੀ ਪਏ ਆ, ਪਏ ਜਾਣ ਆਪਾਂ ਨੂੰ ਮਿਲ ਜੂਗੇ। ਹਾਂਜੀ ਭਾਜੀ ਮਿਲ ਜੂਗੇ, ਸਾਰਾ ਕੁਝ ਮਿਲ ਜੂਗਾ। ਇਸ ਟਾਈਮ ਇਹ ਹੈਗਾ ਦੁਕਾਨ ਦਾ ਥੋੜਾ ਜਿਹਾ, ਜੇ ਦੁਕਾਨ 'ਚ ਡਿਸਪਲੇ ਨੀ ਹੈਗੀ ਪਰ ਮਿਲ ਜਾਣਗੇ ਉਹ ਵੀ, ਤੇ 6 ਫੁੱਟ ਦਾ ਜੇ ਪ੍ਰਾਈਸ ਭਾਜੀ ਨੇ ਪਹਿਲਾਂ ਦੱਸ ਹੀ ਦਿੱਤਾ ਸੀ, 120 ਤੋਂ ਸਟਾਰਟ ਹੋ ਕੇ 150 ਵੀ ਹੈਗਾ, 200 ਤੱਕ ਵੀ ਜਾਊਗਾ। ਤੇ ਹੁਣ ਕੋਈ ਵੀ ਚੀਜ਼ ਤੁਸੀਂ ਹੁਣ ਪੁੱਛਣੀ ਹੋਵੇ ਜਾਂ ਉਹ ਕਰਨੀ ਹੋਵੇ ਤੁਸੀਂ ਕਮੈਂਟ ਕਰ ਲਿਓ, ਜਾਂ ਭਾਜੀ ਲੋਕ ਵੀ ਆ ਰਹੇ ਆਪਣੇ ਕੋਲ 2 ਦਿਨ ਪਹਿਲਾਂ ਲੋਹੜੀ ਤੋਂ, ਇਸ ਟਾਈਮ ਵੀ ਪਿਆ ਭਾਈ ਆਪਣੀ ਯਾਰ ਸੱਚ ਜਿਹੜੀ ਸਭ ਤੋਂ ਜ਼ਿਆਦਾ ਮੰਗਦੇ ਹਾਂ ਡੋਰ ਬਰੇਲੀ ਦੀ ਜਾਂ ਚਰਖੜੀਆਂ ਜਾਂ ਕੱਟੂ, 12 ਤਾਰ 16 ਤਾਰ ਉਹ ਵੀ ਮਿਲ ਜੇਗੀ, 16 ਤਾਰ ਵੀ ਮਿਲ ਜੂ ਲੋਕਾਂ ਕੋਲ, 12 ਤਾਰ ਪਈ ਹੁੰਦੀ ਹੈ, 16 ਤਾਰ ਵੀ ਭਾਜੀ ਕੋਲ ਮਿਲੂਗੀ। 6 ਨੜੇ ਆਪਣੇ ਆ ਰਹੇ ਆ ਲੋਹੜੀ ਤੋਂ, 2 ਦਿਨ ਪਹਿਲਾਂ ਆਪਣੀ ਗੱਡੀ ਆਣੀ ਹੈ, ਮਾਲ ਇਸ ਟਾਈਮ ਰੈਡੀ ਹੋ ਰਿਹਾ ਸਾਰਾ, ਦੁਕਾਨ ਤੇ ਲੋਹੜੀ ਵਾਲੇ ਦਿਨ ਤੋਂ ਪਹਿਲਾਂ ਤੁਹਾਨੂੰ ਮਿਲ ਜੂਗੀ। 16 ਤਾਰ ਕਹਿਣਾ ਵੇ, 16 ਤਾਰ ਮਿਲ ਜੂਗੀ ਹਾਂ, ਤੇ 12 ਤਾਰ ਉਹ ਵੀ ਮਿਲ ਜੂਗੀ, 9 ਤਾਰ 6-6 ਨੜੇ ਦੇ ਚ ਰੱਖੜੇ, ਜਿੰਨੇ ਮੇਰੇ ਵੀਰ ਨੇ ਲੈਣੇ ਆ ਸਭ ਤੋਂ ਘੱਟ ਰੇਟ ਦੇ ਵਿੱਚ ਦਊਗਾ, ਇਸੇ ਦੁਕਾਨ ਤੇ ਮਿਲਨੇ, ਇਸੇ ਦੁਕਾਨ ਤੇ ਸਭ ਤੋਂ ਘੱਟ ਰੇਟ ਤੇ। ਤੇ ਗੱਟੂ ਮੈਂ ਤੁਹਾਨੂੰ ਇੱਕ ਹੀ ਨਿਗਾ ਵੀ ਮਜਵਾ ਦਿੰਦਾ, ਪ੍ਰਾਈਸ ਵੀ ਦਿਖਾ ਦਿੰਦਾ ਤੇ ਚਰਖੜੀਆਂ ਵੀ ਦਿਖਾ ਦਿੰਦਾ। ਆਜੋ ਹੋਰ ਭਾਜੀ, ਹੁਣ ਉਹ ਗੱਟੂ ਵੀ ਪਏ ਕੋਕ ਬ੍ਰਾਂਡ ਦੇ ਨਾਲੇ, ਕੋਕ ਬ੍ਰਾਂਡ ਨਾਲੇ ਡੋਰ ਪੂਰੀ ਜੇ ਦੇਖੋਗੇ ਯਾਰ, ਇਸ ਚ ਵੀ ਲੱਗਦਾ ਕੱਚ ਲੱਗਿਆ ਨਾਲੇ ਪੂਰਾ, ਉਹ ਦੇਖੋ ਚਮਕਦਾ ਪਿਆ ਗੱਟੂ ਤੇ, ਕੱਚ ਚਮਕਦਾ ਪਿਆ ਵਿੱਚ ਵਿੱਚ, ਹਾਂ ਕੱਚ ਪੂਰਾ ਲੱਗਿਆ ਹੋਇਆ, ਡੋਰ ਬਹੁਤ ਵਧੀਆ ਹੈ, ਨਾਲੇ ਧਾਗੇ ਲਈ ਕੋਟਨ ਮਾਂਜਾ, ਨਾਲੇ ਜਿਹੜਾ ਗੱਟੂ ਹੁੰਦੇ ਆ। ਕਿਸ ਰੇਟ ਆ ਭਾਈ ਇਹ? ਇਹ ਭਾਈ ਓਨਲੀ 350 ਰੁਪਏ ਦਾ, 350 ਰੁਪਏ ਚ? ਵਾਹ, 350 ਰੁਪਏ ਚ ਗੱਟੂ ਭਰਾ, ਬਹੁਤ ਸਿਰਾ ਭਾਈ ਗੱਟੂ ਦੀ। ਹੋਰ ਡੋਰ ਪਈਆਂ ਨਾ ਆਪਣੇ ਕੋਲ ਭਾਈ, 5 ਤਾਰ ਚਰਖੜੀਆਂ ਵਾਧੂ ਪਈਆਂ ਨੇ, 16 ਤਾਰ ਦੀ ਚਰਖੜੀ ਭਾਜੀ ਉਹਨਾਂ ਕੋਲ ਯਾਰ, ਬਹੁਤ ਜਿਹੜਾ ਵੱਡਾ ਗੁੱਡਾ ਉਡਾਉਣ ਲਈ, ਕਾਫੀ ਮੋਟੀ ਡੋਰ ਹੁੰਦੀ ਨਾ 16 ਤਾਰ ਦੀ ਯਾਰ, ਉਹ ਚੀਜ਼ ਆ, 6 ਤਾਵਾ ਉੱਡ ਜਾਏਗਾ ਇਹਦੇ ਨਾਲ, 6 ਤਾਵਾ ਬੜੇ ਆਰਾਮ ਨਾਲ ਉੱਡ ਜਾਣਾ ਇਹਦੇ ਨਾਲ। 12 ਤਾਰ ਚੈੱਕ, 16 ਤਾਰ 12 ਤਾਰ, ਉਹ ਵੀ 12 ਤਾਰ ਹੀ ਆ ਕਿ 7 ਰੰਗੀ ਆ? 12 ਤਾਰ ਹੀ ਉਹ ਵੀ, ਇਹ ਵੀ ਬਹੁਤ ਸਿਰਾ ਯਾਰ ਡੋਰ, ਘੈਂਟ ਆ। ਇਹਦੀ ਚਰਖੜੀ ਦਾ ਪ੍ਰਾਈਸ ਇਹ ਚ ਕਿੰਨੀ ਨਾਲੇ ਨੜਾ ਵਾ ਇੱਕ? ਇੱਕ ਨੜੇ ਦੀ ਚਰਖੜੀ ਕਿੰਨਾ ਪ੍ਰਾਈਸ ਆ? 350 ਰੁਪਏ ਦੀ, 350 ਰੁਪਏ ਦੀ ਇੱਕ ਨੜਾ, 16 ਤਾਰ ਆ ਕਿਉਂਕਿ ਤਾਂ ਕਰਕੇ।
ਤੇ ਦੂਜੀ ਭਾਜੀ 12 ਤਾਰ 650 ਰੁਪਏ ਦੀ ਹੈ, 650 ਰੁਪਏ ਦੀ, ਉਹ 350 650 ਇਹ ਚ ਕਿੰਨੇ ਨੜੇ ਆ? ਇਹ ਚ ਦੋ ਨੜੇ ਆ, ਇਹ ਚ ਵੀ ਦੋ ਨੜੇ ਆ, ਦੋ ਦੋ ਨੜੇ ਆ ਦੋਨਾਂ ਚ, ਹਨਾ? 12 ਤਾਰ ਨਾਲੇ ਤੇ ਰਖੜੀਆਂ ਦੇਖੋ ਯਾਰ ਕਿੱਡੀਆਂ ਸੋਹਣੀਆਂ ਸੋਹਣੀਆਂ ਰਖੜੀਆਂ, ਤੁਹਾਨੂੰ 6 ਨੜੇ ਵੀ ਅਵੇਲੇਬਲ ਹੋ ਜੂਗੇ, ਸਿਰਫ 6 ਨੜੇ ਵੀ ਮਿਲ ਜਾਣਗੇ ਭਾਜੀ, ਹੋਰ 6 ਨੜੇ ਵੀ ਮਿਲ ਜਾਣਗੇ, 6 ਨੜੇ ਵੀ ਮਿਲ ਜਾਣਗੇ, ਬਾਕੀ ਡੋਰ ਤਾਂ ਭਾਈ ਉਹਨਾਂ ਕੋ ਵਾਧੂ ਪਈ ਆ ਯਾਰ, ਜਿੰਨੀ ਤੁਸੀਂ ਕਹੋਗੇ ਉਨੀ ਘੱਟ ਆ, ਆਹ ਦੇਖੋ ਨਾਲੇ ਓਕੇ ਰਿਪੋਰਟ ਇੱਧਰ ਵੀ ਪੂਰੀ ਆ, ਆਹ ਦੋਨਾਂ ਪਾਸੇ ਨਾ ਕਾਫੀ ਡੋਰ ਪਈ ਆ, ਤੇ ਤੁਕਲਾਂ ਦੀ ਵੀ ਵਰਾਇਟੀ ਤੁਸੀਂ ਦੇਖ ਹੀ ਚੁੱਕੇ ਹੋ ਭਾਈ, ਇੱਕ ਚੀਜ਼ ਆ 6 ਫੁੱਟ ਦੀਆਂ, ਜੇ ਤੁਸੀਂ ਉਹ ਦਿਖਾ ਦਿਓ ਫੋਟੋਆਂ ਦਿਖਾ ਦਿਓ ਜੇ ਤੁਹਾਡੇ ਕੋਲ ਫੋਨ 'ਚ ਹੈਗੀਆਂ, ਨਹੀਂ ਭਾਜੀ ਫੋਟੋਆਂ ਇਸ ਟਾਈਮ ਨਹੀਂ ਹੈਗੀਆਂ, ਪਰ 6 ਫੁੱਟ ਦੇ ਮਿਲ ਜਾਣਗੇ, ਡਿਜ਼ਾਈਨ ਵਾਲੇ ਹੋਣਗੇ, ਡਿਜ਼ਾਈਨ ਵਾਲੇ ਹੋਣਗੇ ਸਾਰੇ, ਇੱਕ ਤੋਂ ਇੱਕ ਵਧੀਆ ਡਿਜ਼ਾਈਨ ਹੋਊਗਾ, ਤੇ ਸ਼ੋਪ ਦਾ ਨਾਮ ਤੁਹਾਨੂੰ ਪਤਾ ਹੀ ਹੈ ਭਾਜੀ, ਕਿੱਥੇ ਸੀ ਇੱਕ ਐਡਰੈਸ ਬੋਲ ਦਿਓ ਯਾਰ, ਮੈਂ ਪਹਿਲਾਂ ਦੱਸਤਾ ਸੀ ਐਡਰੈਸ, ਇੱਕ ਵਾਰੀ ਤੁਸੀਂ ਬੋਲ ਦਿਓ ਐਡਰੈਸ ਵੀਰੇ, ਆਪਣਾ ਟਰੰਕ ਵਾਲਾ ਬਾਜ਼ਾਰ, ਟਰੰਕ ਵਾਲਾ ਬਾਜ਼ਾਰ, ਹਾਂਜੀ, ਰੂਪਾ ਮਿਸਤਰੀ ਸਟ੍ਰੀਟ ਪੈਂਦੀ ਹੈ ਇਹ, ਰੂਪਾ ਮਿਸਤਰੀ ਗਲੀ ਪੈਂਦੀ ਹੈ, ਜੈਨ ਸਕੂਲ ਵਾਲੀ ਗਲੀ, ਜੈਨ ਸਕੂਲ ਵਾਲੀ ਗਲੀ 'ਚ ਹੈਗਾ ਵਾ, ਜਿਹੜਾ ਜੈਨ ਗਰਲਸ ਸਕੂਲ ਹੈਗਾ ਨਾ ਉਹਲੀ ਗਲੀ 'ਚ, ਤੇ ਦੁਕਾਨ ਦਾ ਨਾਮ ਤੁਸੀਂ ਪੜ੍ਹ ਲਿਆ, ਤੇ ਹਾਂ ਦੁਕਾਨ ਦਾ ਨਾਮ ਤੁਸੀਂ ਪੜ੍ਹ ਲਿਆ, ਠੀਕ ਹੈ, ਤੇ ਹੁਣ ਤੁਸੀਂ ਦੁਕਾਨ ਤੇ ਜ਼ਰੂਰ ਵਿਜ਼ਿਟ ਕਰਿਓ, ਤੇ ਜਿਹੜਾ ਨਾਮ ਲੈ ਕੇ ਆਊਗਾ, ਇੱਕ ਵਾਰੀ ਫੇਰ ਦੱਸ ਰਿਹਾ ਭਾਜੀ, ਹੁਣ ਇਹਨੇ ਕਿਹਾ ਜਿਹੜਾ 3000 ਤੋਂ ਪਲੱਸ ਦੀ ਸ਼ੋਪਿੰਗ ਕਰੂਗਾ ਉਹਨੂੰ ਡਿਸਕਾਊਂਟ ਅਲੱਗ ਆ, ਤੇ ਉਹ ਜਿਹੜੀ ਸੀਗੀ ਇੱਕ ਝਾਲਰ ਸੀਗੀ, ਝਾਲਰ ਸੀਗੀ, ਉਹ ਤੁਹਾਨੂੰ ਮੈਂ ਕਿਹਾ ਸੀਗਾ 100 ਦੀਆਂ 5 4 ਕਿਹਾ ਸੀਗਾ, ਜਿਹੜਾ ਭਾਜੀ ਦਾ ਨਾਮ ਲੈ ਕੇ ਆਏਗਾ ਉਹਨੂੰ 5 5 ਠੀਕ ਹੈ ਜੀ, ਹੁਣ ਆਪਾਂ ਮਿਲਦੇ ਹਾਂ ਅਗਲੀ ਵੀਡੀਓ 'ਚ, ਫਿਲਹਾਲ ਇਸ ਵੀਡੀਓ 'ਚ ਇੰਨਾ ਹੀ, ਚੰਗਾ, ਬਾਏ ਬਾਏ, ਟੇਕ ਕੇਅਰ।